2024 ਦਾ ਨਵਾਂ ਬਰਾ ਜਿਹੜਾ ਕਿ ਚੰਦ ਦਿਨਾਂ ਤੱਕ ਤੁਹਾਡੀਆਂ ਬਰੂਹਾਂ ਤੇ ਦਸਤਕ ਦੇਣ ਵਾਲਾ ਹੈ ਉਸ ਵਰੇ ਦੇ ਵਿੱਚ ਪੰਜਾਬੀਆਂ ਦੇ ਲਈ ਬਹੁਤ ਖਾਸ ਤਰ੍ਹਾਂ ਦੀਆਂ ਚੁਣੌਤੀਆਂ ਹੋਣਗੀਆਂ 2023 ਦੇ ਲੰਘ ਰਹੇ ਵਰੇ 'ਚ ਅਸੀਂ ਭਾਈਚਾਰਕ ਸਾਂਝ ਦੇ ਪੱਖੋਂ ਥੋੜ੍ਹੇ ਜਿਹਾ ਕਮਜ਼ੋਰ ਰਹੇ ਹਾਂ ਕੁਝ ਚੀਜ਼ਾਂ ਜਿਹੜੀਆਂ ਅਸੀਂ 1 ਜਨਵਰੀ 2023 ਨੂੰ ਸੋਚੀਆਂ ਅਤੇ ਵਿਚਾਰੀਆਂ ਸੀ ਕਿ ਆਹ ਕੰਮ ਇਸ ਸਾਲ ਦੇ ਵਿੱਚ ਜ਼ਰੂਰ ਕਰਨੇ ਹੈ ਅਸੀਂ ਉਹਨਾਂ ਕੰਮਾਂ ਨੂੰ ਕਰਨ ਦੇ ਵਿੱਚ ਪਛੜੇ ਹਾਂ ਤੁਹਾਨੂੰ ਸ਼ੁਭਇੱਛਾਵਾਂ ਨੇ ਨਵੇਂ ਵਰੇ ਦੀਆਂ ਕਿ ਤੁਸੀਂ ਤਰੱਕੀ ਕਰੋ ਵਧੋ ਫੁੱਲੋ ਤੁਹਾਡੇ ਪਰਿਵਾਰਾਂ ਦੇ ਵਿੱਚ ਸਿਹਤਯਾਬ ਰਹਿਣ ਸਾਰੇ ਤੁਸੀਂ ਆਰਥਿਕ ਤੌਰ 'ਤੇ ਸਮਾਜਿਕ ਤੌਰ ਦੇ ਉੱਤੇ ਅੱਗੇ ਵਧੋ ਪਰ ਕੁਝ ਕੁ ਚੀਜ਼ਾਂ ਜਿਹੜੀਆਂ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਪੈਣਗੀਆਂ 2024 ਦਾ ਸਾਲ ਜਿਹੜਾ ਸਾਡੀਆਂ ਬਰੂਹਾਂ ਦੇ ਉੱਤੇ ਹੁਣ ਦਸਤਕ ਦੇਣ ਜਾ ਰਿਹਾ ਉਸ ਸਾਲ ਦੇ ਵਿੱਚ ਬਹੁਤ ਸਾਰੇ ਪੰਜਾਬੀ ਜਿਹੜੇ ਵਿਦੇਸ਼ਾਂ ਦੇ ਵਿੱਚ ਨਵੇਂ ਗਏ ਨੇ ਚਾਹੇ ਉਹ ਵਿਦਿਆਰਥੀ ਨੇ ਚਾਹੇ ਉਹ ਵਰਕ ਪਰਮਿਟ 'ਤੇ ਨੇ ਚਾਹੇ ਕਿਸੇ ਵੀ ਤਰੀਕੇ ਵਿਦੇਸ਼ਾਂ 'ਚ ਪਹੁੰਚੇ ਨੇ ਉਹਨਾਂ ਨੂੰ ਇੱਕ ਨਵੀਂ ਕਿਸਮ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਵਿਦੇਸ਼ਾਂ ਦੇ ਵਿੱਚ ਮਹਿੰਗਾਈ ਵਧੀ ਹੈ ਵਿਦੇਸ਼ਾਂ ਦੇ ਵਿੱਚ ਰਿਹਾਇਸ਼ਾਂ ਨਹੀਂ ਮਿਲ ਰਹੀਆਂ ਕਿਰਾਏ ਵਧੇ ਹੋਏ ਨੇ ਕੰਮ ਕਾਰ ਰਿਸੈਸ਼ਨ ਦੇ ਕਰਕੇ ਆਰਥਿਕ ਤੌਰ ਦੇ ਉੱਤੇ ਦੁਨੀਆ ਭਰ ਦੇ ਵਿੱਚ ਫੈਲੀ ਮੰਦਹਾਲੀ ਦੇ ਕਰਕੇ ਘਟੇ ਹੋਏ ਨੇ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨੀਆਂ ਵੱਧ ਰਹੀਆਂ ਨੇ ਨਿੱਤ ਦਿਹਾੜੇ ਕਈ ਤਰ੍ਹਾਂ ਦੀਆਂ ਮਾੜੀਆਂ ਖਬਰਾਂ ਆਉਂਦੀਆਂ ਅਤੇ ਉਸ ਸਾਲ ਦੋ ਸਾਲ ਦੀ ਵਕਤੀ ਚੁਣੌਤੀ ਦਾ ਮੁਕਾਬਲਾ ਸਾਨੂੰ ਪੰਜਾਬੀਆਂ ਨੂੰ ਵਿਦੇਸ਼ਾਂ ਦੇ ਵਿੱਚ ਰਲ ਮਿਲ ਕੇ ਕਰਨਾ ਪਊਗਾ ਪਹਿਲੀ ਗੱਲ ਤਾਂ ਇਹ ਦੂਸਰਾ ਪੰਜਾਬ ਦੇ ਵਿੱਚ ਸਾਡੇ ਲਈ ਸਭ ਤੋਂ ਵੱਧ ਜ਼ਰੂਰੀ ਹੈ ਭਾਈਚਾਰਕ ਸਾਂਝ ਅਸੀਂ ਕਿਸੇ ਧਰਮ ਨਾਲ ਸੰਬੰਧ ਰੱਖਦੇ ਹੋਈਏ ਪੰਜਾਬ ਦੇ ਕਿਸੇ ਖਿੱਤੇ ਜਾਂ ਕਿਸੇ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦੇ ਹੋਈਏ ਅਸੀਂ ਪਿੰਡ ਜਾਂ ਸ਼ਹਿਰ ਨਾਲ ਸੰਬੰਧ ਰੱਖਦੇ ਹੋਈਏ ਸਾਨੂੰ ਆਪਣੀ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਪਊਗੀ ਨਸ਼ੇ ਦਾ ਮੁਕਾਬਲਾ ਗੈਂਗਸਟਰਾਂ ਦਾ ਮੁਕਾਬਲਾ ਪਾਈਆਂ ਜਾ ਰਹੀਆਂ ਵੰਡੀਆਂ ਦਾ ਮੁਕਾਬਲਾ ਆਰਥਿਕ ਤੰਗੀਆਂ ਦਾ ਮੁਕਾਬਲਾ ਹਰ ਤਰ੍ਹਾਂ ਦੀ ਚੀਜ਼ ਦਾ ਮੁਕਾਬਲਾ ਅਸੀਂ ਆਪਣੀ ਭਾਈਚਾਰਕ ਸਾਂਝ ਦੇ ਨਾਲ ਹੀ ਕਰ ਸਕਾਂਗੇ ਤੁਹਾਡੇ ਲਈ ਸਭ ਤੋਂ ਵੱਡੀ ਚੁਣੌਤੀ ਪਤਾ ਕੀ ਹੋਣੀ ਹੈ 2024 ਦੇ ਆ ਰਹੇ ਸਾਲ ਦੇ ਵਿੱਚ ਹੀ ਸਰਪੰਚੀ ਦੀਆਂ ਚੋਣਾਂ ਹੋਣੀਆਂ ਤੁਸੀਂ ਪੰਚ ਅਤੇ ਸਰਪੰਚ ਚੁਣਨੇ ਆ ਸ਼ਹਿਰਾਂ ਦੇ ਵਿੱਚ ਨਗਰ ਪੰਚਾਇਤ ਨਗਰ ਕੌਂਸਲ ਅਤੇ ਨਗਰ ਨਿਗਮ ਦੀਆਂ ਵੋਟਾਂ ਪੈਣੀਆਂ ਤੁਸੀਂ ਸ਼ਹਿਰਾਂ ਦੇ ਵਿੱਚ ਵੀ ਆਪਣੇ ਸਥਾਨਕ ਨੁਮਾਇੰਦੇ ਚੁਣਨੇ ਆ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਜਿਹਨੂੰ ਬਲਾਕ ਸੰਮਤੀ ਵੀ ਕਹਿੰਦੇ ਨੇ ਉਹਦੀਆਂ ਵੋਟਾਂ ਵੀ ਪੈਣੀਆਂ ਅਤੇ ਸਿਰੇ ਦੀ ਗੱਲ ਕਿ ਲੋਕ ਸਭਾ ਦੀਆਂ ਚੋਣਾਂ ਵੀ ਹੋਣੀਆਂ ਜਦੋਂ ਪਿੰਡ ਪੱਧਰ ਤੋਂ ਲੈ ਕੇ ਦਿੱਲੀ ਤੱਕ ਦੀਆਂ ਵੋਟਾਂ ਇੱਕ ਸਾਲ ਦੇ ਵਿੱਚ ਪੈਣੀਆਂ ਹੋਣ ਤਾਂ ਕਸਰ ਕਿਸੇ ਨੇ ਨਹੀਂ ਛੱਡਣੀ ਤੁਹਾਡੇ ਵਿੱਚ ਪਾੜ ਪਾਉਣ ਦੇ ਲਈ ਆਪਣੀਆਂ ਵੋਟਾਂ ਪੱਕੀਆਂ ਕਰਨ ਦੇ ਲਈ ਇਸ ਕਰਕੇ ਪੰਜਾਬੀਆਂ ਦੇ ਲਈ 2024 ਦੇ ਵਰੇ 'ਚ ਸਭ ਤੋਂ ਵੱਡੀ ਚੁਣੌਤੀ ਹੋਏਗੀ ਕਿ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ 'ਚ ਆਪਣੀ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਤੇ ਤੁਸੀਂ ਇਹ ਵੀ ਮੰਨ ਕੇ ਚੱਲਿਓ ਅਸੀਂ ਪਿਛਲੇ ਸਮੇਂ ਦੇ ਵਿੱਚ ਕਮਜ਼ੋਰ ਸਾਬਿਤ ਹੋਏ ਹਾਂ ਅਸੀਂ ਪਿਛਲੇ ਸਮੇਂ ਦੇ ਵਿੱਚ ਠੀਕ ਤਰੀਕੇ ਇਸ ਮੁੱਦੇ 'ਤੇ ਕੰਮ ਨਹੀਂ ਕਰ ਸਕੇ ਅਸੀਂ ਮੁੱਦਿਆਂ ਤੋਂ ਲਾਂਭੇ ਹੋਏ ਹਾਂ ਅਸੀਂ ਵਿਅਕਤੀ ਵਿਸ਼ੇਸ਼ ਦੇ ਪਿੱਛੇ ਲੱਗ ਕੇ ਵੋਟਾਂ ਪਾਉਂਦੇ ਰਹੇ ਚਾਹੇ ਹੇਠਲੀ ਪੱਧਰ 'ਤੇ ਚਾਹੇ ਉੱਪਰਲੀ ਪੱਧਰ 'ਤੇ ਪਰ ਐਤਕੀ ਤੁਸੀਂ ਆਪਣੇ ਮੁੱਦੇ ਸਾਂਝੇ ਮੁੱਦੇ ਆਮ ਲੋਕਾਂ ਦੇ ਮੁੱਦੇ ਜਿਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ ਸਾਡੇ ਕੋਲ ਚਾਹੇ ਉਹ ਸਿੱਖਿਆ ਦਾ ਚਾਹੇ ਉਹ ਰੁਜ਼ਗਾਰ ਦਾ ਚਾਹੇ ਉਹ ਸਿਹਤ ਦਾ ਚਾਹੇ ਉਹ ਸਾਡੇ ਪਾਣੀ ਦਾ ਚਾਹੇ ਉਹ ਸਾਡੀਆਂ ਫਸਲਾਂ ਦਾ ਕੋਈ ਵੀ ਮੁੱਦਾ ਹੋਵੇ ਤੁਸੀਂ ਮੁੱਦਿਆਂ ਨੂੰ ਅੱਗੇ ਰੱਖਿਓ ਸਾਡੇ ਕੋਲ ਅੱਜ ਪੰਜਾਬ ਦੇ ਵਿੱਚ ਚੁਣੌਤੀ ਹੈ ਕਿ ਸਾਡੀ ਆਬਾਦੀ ਤਾਂ ਵੱਧ ਰਹੀ ਹੈ ਸਾਡੇ ਕੋਲ ਨੌਜਵਾਨਾਂ ਦੀ ਗਿਣਤੀ ਤਾਂ ਵੱਧ ਰਹੀ ਹੈ ਪਰ ਉਹਨਾਂ ਨੂੰ ਹੁਨਰਮੰਦ ਕਰਨ ਦੇ ਲਈ ਉਹਨਾਂ ਨੂੰ ਕਿਸੇ ਨਾ ਕਿਸੇ ਕੰਮ ਦੇ ਵਿੱਚ ਨਿਪੁੰਨ ਕਰਨ ਵਾਲੇ ਸਹੀ ਜ਼ਮੀਨੀ ਹਕੀਕਤ ਦੇ ਨਾਲ ਜੁੜੇ ਵਿੱਦਿਅਕ ਅਦਾਰਿਆਂ ਦੀ ਗਿਣਤੀ ਘੱਟ ਹੈ ਸਾਨੂੰ ਉਹ ਪੂਰੇ ਕਰਨੇ ਪੈਣਗੇ ਇਹਦੇ ਤੋਂ ਇਲਾਵਾ ਪੰਜਾਬੀਆਂ ਦੀ 2023 ਦੇ ਵਰੇ ਦੇ ਵਿੱਚ ਆਮਦਨ ਦਾ ਇੱਕ ਚੋਖਾ ਹਿੱਸਾ ਅਸੀਂ ਦਵਾਈਆਂ 'ਤੇ ਖਰਚਿਆ ਅਸੀਂ ਹਸਪਤਾਲਾਂ 'ਤੇ ਖਰਚਿਆ ਅਸੀਂ ਆਪਣਾ ਬਹੁਤ ਵੱਡਾ ਸਮਾਂ ਮੈਡੀਕਲ ਸਟੋਰਾਂ ਅਤੇ ਹੋਸਪਿਟਲਸ ਦੇ ਵਿੱਚ ਦਿੱਤਾ ਕਿਉਂਕਿ ਸਾਡੀ ਸਿਹਤ ਠੀਕ ਨਹੀਂ ਸਮਾਂ ਇਸ ਗੱਲ ਦੀ ਮੰਗ ਕਰਦਾ ਹੈ ਅਸੀਂ ਬਹੁਤ ਵੱਡੀ ਕ੍ਰਾਂਤੀ ਕਰ ਸਕੀਏ ਨਾ ਕਰ ਸਕੀਏ ਪਰ ਘੱਟੋ ਘੱਟ ਅਸੀਂ ਆਪਣੇ ਘਰਾਂ ਦੇ ਵਿੱਚ ਆਪਣੀਆਂ ਹਵੇਲੀਆਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਬਿਨਾਂ ਰੇਹ ਅਤੇ ਬਿਨਾਂ ਸਪਰੇਅ ਤੋਂ ਸਬਜ਼ੀਆਂ ਤਾਂ ਲਾ ਸਕਦੇ ਹਾਂ ਸਾਡੀ ਰਸੋਈ ਦੇ ਵਿੱਚ ਬਣਨ ਵਾਲੀ ਚੀਜ਼ ਤਾਂ ਘੱਟੋ ਘੱਟ ਘੱਟ ਜ਼ਹਿਰੀਲੀ ਜਾਂ ਬਿਨਾਂ ਜ਼ਹਿਰਾਂ ਤੋਂ ਹੋ ਸਕਦੀ ਹੈ ਨਾ ਇੰਨਾ ਕੁ ਕੰਮ ਜਿਹੜਾ ਅਸੀਂ ਕਰੀਏ ਜ਼ਰੂਰ ਪਰ ਭਾਈਚਾਰਕ ਸਾਂਝ ਬਣਾ ਕੇ ਰੱਖਿਓ ਤੁਹਾਨੂੰ ਤੋੜਨ ਵਾਲੇ ਬਹੁਤ ਨੇ ਸਾਡੀਆਂ ਕਾਰਾਂ ਕਿੱਡੀਆਂ ਨੇ ਸਾਡੇ ਘਰ ਕਿੱਡੇ ਨੇ ਸਾਡੇ ਕੋਲ ਪੈਸੇ ਕਿੰਨੇ ਨੇ ਉਹ ਮੈਟਰ ਨਹੀਂ ਕਰਦਾ ਕਿਉਂਕਿ ਜਿਸ ਤਰੀਕੇ ਸਾਡੇ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਨੂੰ ਇੱਕ ਦੂਸਰੇ ਨਾਲ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਤੋਂ ਬਚਣਾ ਬੜਾ ਜ਼ਰੂਰੀ ਹੈ ਜ਼ਮੀਨਾਂ ਦੇ ਕੇਸ 2023 'ਚ ਵੀ ਬਹੁਤ ਹੋਏ ਅਸੀਂ ਵੱਟ ਬੰਨਿਆਂ ਨੇ ਲੜੇ ਅਸੀਂ ਘਰਾਂ ਦੇ ਵਿੱਚ ਹੀ ਆਪਣੇ ਪਰਿਵਾਰਕ ਮੈਂਬਰਾਂ ਦੇ ਕਤਲ ਕੀਤੇ ਜ਼ਮੀਨਾਂ ਦੇ ਲਈ ਘਰਾਂ ਦੇ ਲਈ ਪਲਾਟਾਂ ਦੇ ਲਈ ਉਹ ਤੰਗ ਦਿਲੀਆਂ ਛੱਡਣੀਆਂ ਪੈਣਗੀਆਂ ਸਾਨੂੰ ਤਾਂ ਜੇ ਅਸੀਂ ਇਕੱਲਾ ਕੰਧ ਤੋਂ ਕੈਲੰਡਰ ਹੀ ਬਦਲਿਆ ਨਾ ਤਾਂ ਫਿਰ ਨਹੀਂ ਕੁਝ ਹੋ ਸਕਣਾ ਮੇਖ ਉਹੀ ਹੁੰਦੀ ਹੈ ਕੈਲੰਡਰ ਬਦਲਿਆ ਜਾਂਦਾ ਕੈਲੰਡਰ ਦੇ ਉੱਤੇ ਥੋੜ੍ਹੇ ਬਹੁਤ ਦਿਨਾਂ ਦੇ ਹੇਰ ਫੇਰ ਹੁੰਦੇ ਆ ਪਰ ਸਾਨੂੰ ਆਪਣੇ ਮਨ ਦਾ ਕੈਲੰਡਰ ਬਦਲਣਾ ਪਊਗਾ ਜੇ ਅਸੀਂ ਚਾਹੇ ਪੰਜਾਬ 'ਚ ਬੈਠੇ ਹਾਂ ਅਤੇ ਚਾਹੇ ਪੰਜਾਬ ਤੋਂ ਬਾਹਰ ਜੇ ਅਸੀਂ ਚਾਹੁੰਦੇ ਹਾਂ ਕਿ ਜਦੋਂ ਆਉਣ ਵਾਲਾ ਵਾਰਾ 2024 ਇਸੇ ਤਰੀਕੇ ਦਸੰਬਰ ਮਹੀਨੇ ਦੇ ਵਿੱਚ ਕਦਮ ਰੱਖੇ ਤਾਂ ਪੰਜਾਬ ਬਦਲਿਆ ਹੋਵੇ
ਪੰਜਾਬੀਆਂ ਦੇ ਲਈ ਕੋਹਾਂ ਪੱਖੀ ਠੰਡੀ ਹਵਾ ਦਾ ਬੁੱਲਾ ਆਉਂਦਾ ਹੋਵੇ। ਜੇ ਤਾਂ ਅਸੀਂ ਚਾਹੁੰਦੇ ਹਾਂ ਸਾਨੂੰ ਕੁਝ ਇੱਕ ਗੱਲਾਂ ਵਾਲੇ ਪਾਸੇ ਨੂੰ ਤੁਰਨਾ ਪਊਗਾ, ਨਹੀਂ ਤਾਂ ਤੁਸੀਂ ਸਿਆਣੇ ਹੋ, ਅਸੀਂ ਕੇਵਲ ਤੁਹਾਨੂੰ ਸੁਨੇਹਾ ਦੇਣਾ ਸੀ। ਸੋ ਇਸ ਸੁਨੇਹੇ ਦੇ ਨਾਲ ਇੱਕ ਵਾਰ ਫਿਰ ਤੁਹਾਨੂੰ ਆਉਣ ਵਾਲੇ ਨਵੇਂ ਵਰ੍ਹੇ 2024 ਦੀਆਂ ਸ਼ੁਭਕਾਮਨਾਵਾਂ। ਪਰਮਜੀਤ ਸਿੰਘ ਬਾਠ ਨੂੰ ਇੱਥੇ ਦਿਓ ਅੱਗੇ ਦੇਖਦੇ ਹੋਣਾ ਪ੍ਰਾਈਮੇਸ਼ਾ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।